ਬਿਨਾਂ ਕਿਸੇ ਸਬੂਤ ਤੋਂ ਇਲਜ਼ਾਮ ਮੇਰੇ 'ਤੇ ਲਗਾਇਆ ਕਿ ਨਸ਼ੇ ਦਾ, ਦੜੇ ਸੱਟੇ ਦਾ, ਲਾਟਰੀ ਦਾ, ਨਸ਼ਿਆਂ ਦਾ, ਹਰ ਤਰੀਕੇ ਦਾ ਕੰਮ ਹੈ ਜਿਹੜਾ, ਉਹਦਾ ਇਲਜ਼ਾਮ ਫਿਰ ਦੁਬਾਰਾ ਉਹਨਾਂ ਨੇ ਮੇਰੇ 'ਤੇ ਲਾਇਆ, ਜਿਸ ਗੱਲ ਦੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਬੜੀ ਠੇਸ ਪਹੁੰਚੀ। ਇਹੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀਗੇ, ਮੈਂ ਵਿਧਾਇਕ ਸੀਗਾ, ਜਦੋਂ ਮੰਤਰੀ ਸੀਗੇ ਤਾਂ ਮੇਰੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਨਹੀਂ ਸੀ ਥੱਕਦੇ ਕਿ ਇਨਸਾਨ ਜਦੋਂ ਪਾਰਟੀ, ਦੂਸਰੀ ਪਾਰਟੀ ਜਾਂ ਅਸੀਂ ਇੱਕ ਦੂਸਰੇ ਦੇ ਨਾਲ ਅਗਰ ਵਿਚਾਰਧਾਰਾ ਜਿਹੜੀ ਸਾਡੀ ਬਦਲ ਜਾਵੇ ਕਿ ਇਨਸਾਨ ਦਾ ਪਿਛੋਕੜ ਵੀ ਬਦਲ ਜਾਂਦਾ ਹੈ। ਕਿ ਜਦੋਂ ਮੈਂ ਤੁਹਾਡੀ ਕੈਬਿਨਟ, ਜਦੋਂ ਤੁਸੀਂ ਕੈਬਿਨਟ 'ਚ ਸੀਗੇ ਜਾਂ ਸਰਕਾਰ 'ਚ ਸੀਗੇ, ਕਿ ਉਦੋਂ ਮੈਂ ਬਿਲਕੁਲ ਸਾਫ਼ ਸੁਥਰਾ ਸੀਗਾ, ਤੁਸੀਂ ਤਾਰੀਫਾਂ ਕਰਦੇ ਸੀ, ਮਿਹਨਤੀ ਮੁੰਡਾ, ਅੱਗੇ ਵਧਣ ਵਾਲਾ, ਸਮਾਜ ਦਾ ਜਿਹੜਾ ਇਹ ਹੀਰਾ ਹੈ। ਇਹਦੀਆਂ ਵੀ ਰਿਕਾਰਡਿੰਗਾਂ ਮੇਰੇ ਕੋਲ ਪਈਆਂ ਕਿ ਵਿਚਾਰਧਾਰਾ ਬਦਲਣ ਦੇ ਨਾਲ ਮੈਂ ਨਸ਼ੇ ਦਾ ਡੀਲਰ ਬਣ ਗਿਆ, ਕਿ ਮੈਂ ਇੱਥੇ ਦੜੇ ਸੱਟੇ ਦੇ ਕਾਰੋਬਾਰ ਕਰਾਉਣ ਲੱਗ ਪਿਆ। ਸੋ ਇਸ ਗੱਲ ਨਾਲ ਮੇਰੀ ਜਿੱਥੇ ਛਵੀ ਖਰਾਬ ਹੋਈ ਹੈ, ਤਾਂ ਮੈਂ ਸਮਝਦਾ ਕਿ ਮੇਰੇ ਪਰਿਵਾਰ 'ਤੇ, ਮੇਰੇ ਰਿਸ਼ਤੇਦਾਰਾਂ 'ਤੇ ਇਸ ਗੱਲ ਦਾ ਬੜਾ ਡੂੰਘਾ ਅਸਰ ਹੋਇਆ, ਜਿਹਦੇ ਕਰਕੇ ਅੱਜ ਮੈਨੂੰ ਜਿਹੜਾ ਕਾਨੂੰਨ ਦਾ ਸਹਾਰਾ ਲੈਣਾ ਪਿਆ। ਸੋ ਮੈਂ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ। ਪਹਿਲਾਂ ਜਿਹੜਾ ਕੰਮ ਸ਼ੀਤਲ ਉਂਗਰਾਲ ਤੇ ਰਿੰਕੂ ਨੇ ਸੰਭਾਲਿਆ ਹੋਇਆ ਸੀ 2 ਸਾਲ, ਉਹ ਅੱਜ ਕੱਲ੍ਹ ਅਮਨ ਅਰੋੜਾ ਨੇ ਸੰਭਾਲਿਆ ਹੋਇਆ। ਉਹ ਕੰਮ ਹੈਗਾ ਦੜੇ ਸੱਟੇ ਦਾ, ਲਾਟਰੀਆਂ ਦਾ, ਨਸ਼ੇ ਦਾ। ਸੋ ਇਹ ਆਮ ਆਦਮੀ ਪਾਰਟੀ ਬਿਨਾਂ ਕਿਸੇ ਸਬੂਤ ਤੋਂ ਇਲਜ਼ਾਮ ਮੇਰੇ 'ਤੇ ਲਗਾਇਆ ਕਿ ਨਸ਼ੇ ਦਾ, ਦੜੇ ਸੱਟੇ ਦਾ, ਲਾਟਰੀ ਦਾ, ਨਸ਼ਿਆਂ ਦਾ, ਹਰ ਤਰੀਕੇ ਦਾ ਕੰਮ ਹੈ ਜਿਹੜਾ, ਉਹਦਾ ਇਲਜ਼ਾਮ ਫਿਰ ਦੁਬਾਰਾ ਉਹਨਾਂ ਨੇ ਮੇਰੇ 'ਤੇ ਲਾਇਆ, ਜਿਸ ਗੱਲ ਦੀ ਮੈਨੂੰ ਔਰ ਮੇਰੇ ਪਰਿਵਾਰ ਨੂੰ ਬੜੀ ਠੇਸ ਪਹੁੰਚੀ। ਇਹੀ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੀਗੇ, ਮੈਂ ਵਿਧਾਇਕ ਸੀਗਾ, ਜਦੋਂ ਮੰਤਰੀ ਸੀਗੇ ਤਾਂ ਮੇਰੀਆਂ ਤਾਰੀਫਾਂ ਦੇ ਪੁੱਲ ਬੰਨ੍ਹਦੇ ਨਹੀਂ ਸੀ ਥੱਕਦੇ ਕਿ ਇਨਸਾਨ ਜਦੋਂ ਪਾਰਟੀ, ਦੂਸਰੀ ਪਾਰਟੀ ਜਾਂ ਅਸੀਂ ਇੱਕ ਦੂਸਰੇ ਦੇ ਨਾਲ ਅਗਰ ਵਿਚਾਰਧਾਰਾ ਜਿਹੜੀ ਸਾਡੀ ਬਦਲ ਜਾਵੇ ਕਿ ਇਨਸਾਨ ਦਾ ਪਿਛੋਕੜ ਵੀ ਬਦਲ ਜਾਂਦਾ ਹੈ। ਕਿ ਜਦੋਂ ਮੈਂ ਤੁਹਾਡੀ ਕੈਬਿਨਟ, ਜਦੋਂ ਤੁਸੀਂ ਕੈਬਿਨਟ 'ਚ ਸੀਗੇ ਜਾਂ ਸਰਕਾਰ 'ਚ ਸੀਗੇ, ਕਿ ਉਦੋਂ ਮੈਂ ਬਿਲਕੁਲ ਸਾਫ਼ ਸੁਥਰਾ ਸੀਗਾ, ਤੁਸੀਂ ਤਾਰੀਫਾਂ ਕਰਦੇ ਸੀ, ਮਿਹਨਤੀ ਮੁੰਡਾ, ਅੱਗੇ ਵਧਣ ਵਾਲਾ, ਸਮਾਜ ਦਾ ਜਿਹੜਾ ਇਹ ਹੀਰਾ ਹੈ। ਇਹਦੀਆਂ ਵੀ ਰਿਕਾਰਡਿੰਗਾਂ ਮੇਰੇ ਕੋਲ ਪਈਆਂ ਕਿ ਵਿਚਾਰਧਾਰਾ ਬਦਲਣ ਦੇ ਨਾਲ ਮੈਂ ਨਸ਼ੇ ਦਾ ਡੀਲਰ ਬਣ ਗਿਆ, ਕਿ ਮੈਂ ਇੱਥੇ ਦੜੇ ਸੱਟੇ ਦੇ ਕਾਰੋਬਾਰ ਕਰਾਉਣ ਲੱਗ ਪਿਆ। ਸੋ ਇਸ ਗੱਲ ਨਾਲ ਮੇਰੀ ਜਿੱਥੇ ਛਵੀ ਖਰਾਬ ਹੋਈ ਹੈ, ਤਾਂ ਮੈਂ ਸਮਝਦਾ ਕਿ ਮੇਰੇ ਪਰਿਵਾਰ 'ਤੇ, ਮੇਰੇ ਰਿਸ਼ਤੇਦਾਰਾਂ 'ਤੇ ਇਸ ਗੱਲ ਦਾ ਬੜਾ ਡੂੰਘਾ ਅਸਰ ਹੋਇਆ, ਜਿਹਦੇ ਕਰਕੇ ਅੱਜ ਮੈਨੂੰ ਜਿਹੜਾ ਕਾਨੂੰਨ ਦਾ ਸਹਾਰਾ ਲੈਣਾ ਪਿਆ। ਸੋ ਮੈਂ ਇੱਕ ਲੀਗਲ ਨੋਟਿਸ ਹੈ ਜਿਹੜਾ ਸਰਦਾਰ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਭੇਜਿਆ। ਪਹਿਲਾਂ ਜਿਹੜਾ ਕੰਮ ਸ਼ੀਤਲ ਉਂਗਰਾਲ ਤੇ ਰਿੰਕੂ ਨੇ ਸੰਭਾਲਿਆ ਹੋਇਆ ਸੀ 2 ਸਾਲ,
ਉਹ ਅੱਜ ਕੱਲ ਅਮਨ ਅਰੋੜਾ ਨੇ ਸੰਭਾਲਿਆ ਹੋਇਆ। ਉਹ ਕੰਮ ਹੈਗਾ ਦੜੇ ਸੱਟੇ ਦਾ, ਲਾਟਰੀਆਂ ਦਾ, ਨਸ਼ੇ ਦਾ। ਸੋ ਇਹ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਤੁਸੀਂ ਮੇਰੀਆਂ, ਮੇਰੇ ਪਰਿਵਾਰ ਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਦੇ ਵਿੱਚ ਮੈਂ ਜੁੜਿਆ, ਜਿਸ ਵਿਚਾਰਧਾਰਾ ਦੇ ਨਾਲ ਜੁੜਿਆ, ਕਿਉਂਕਿ ਇਹ ਰਾਸ਼ਟਰ ਪਾਰਟੀ ਹੈ, ਰਾਸ਼ਟਰ ਹਿੱਤ ਦੇ ਲਈ ਕੰਮ ਕਰਦੀ ਹੈ ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ। ਸੋ ਮੇਰੇ ਨਾਲ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸ ਮਨ ਦਾ, ਉਹਨਾਂ ਦੇ ਮਨ 'ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇੱਦਾਂ ਦੀ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਅੱਜ ਮੈਨੂੰ ਇਸ ਗੱਲ ਦਾ ਬੜਾ ਖੇਦ ਹੈ। ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਕੋਰਟ ਦੀ ਹੋਏਗੀ, ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਕਾਰਵਾਈ ਚੱਲੇਗੀ, ਆਪ ਜੀ ਜਿੰਨੇ ਵੀ ਤੁਸੀਂ ਮੀਡੀਆ ਦੇ ਸਾਥੀ ਹੋ, ਆਪ ਜੀ ਦੇ ਧਿਆਨ ਦੇ ਵਿੱਚ ਨਾਲੋਂ ਨਾਲ ਲੈ ਕੇ ਆਉਂਦਾ ਜਾਏਗਾ ਔਰ ਇਹਦੇ ਲਈ ਪੂਰੀ ਇਨਸਾਫ਼ ਦੀ ਲੜਾਈ ਲੜੀ ਜਾਏਗੀ। ਅਖੀਰ ਤੱਕ ਇਸ ਕੇਸ ਨੂੰ ਲੈ ਕੇ ਜਾਵਾਂਗੇ ਤਾਂ ਕਿ ਫਿਰ ਕੋਈ ਦੁਬਾਰਾ ਕਿਸੇ ਨੂੰ ਝੂਠਾ ਤੰਗ ਪਰੇਸ਼ਾਨ ਕਰਨ ਦੀ, ਝੂਠੇ ਕਿਸੇ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਈ ਜਿਹੜਾ ਕੋਸ਼ਿਸ਼ ਨਾ ਕਰੇ। ਜਿਸ ਤਰੀਕੇ ਦੇ ਨਾਲ ਤੁਸੀਂ ਮੇਰੀਆਂ, ਮੇਰੇ ਪਰਿਵਾਰ ਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਦੇ ਵਿੱਚ ਮੈਂ ਜੁੜਿਆ, ਜਿਸ ਵਿਚਾਰਧਾਰਾ ਦੇ ਨਾਲ ਜੁੜਿਆ, ਕਿਉਂਕਿ ਇਹ ਰਾਸ਼ਟਰ ਪਾਰਟੀ ਹੈ, ਰਾਸ਼ਟਰ ਹਿੱਤ ਦੇ ਲਈ ਕੰਮ ਕਰਦੀ ਹੈ ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ। ਸੋ ਮੇਰੇ ਨਾਲ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸ ਮਨ ਦਾ, ਉਹਨਾਂ ਦੇ ਮਨ 'ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇੱਦਾਂ ਦੀ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਅੱਜ ਮੈਨੂੰ ਇਸ ਗੱਲ ਦਾ ਬੜਾ ਖੇਦ ਹੈ। ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਕੋਰਟ ਦੀ ਹੋਏਗੀ, ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਕਾਰਵਾਈ ਚੱਲੇਗੀ, ਆਪ ਜੀ ਜਿੰਨੇ ਵੀ ਤੁਸੀਂ ਮੀਡੀਆ ਦੇ ਸਾਥੀ ਹੋ, ਆਪ ਜੀ ਦੇ ਧਿਆਨ ਦੇ ਵਿੱਚ ਨਾਲੋਂ ਨਾਲ ਲੈ ਕੇ ਆਉਂਦਾ ਜਾਏਗਾ ਔਰ ਇਹਦੇ ਲਈ ਪੂਰੀ ਇਨਸਾਫ਼ ਦੀ ਲੜਾਈ ਲੜੀ ਜਾਏਗੀ। ਅਖੀਰ ਤੱਕ ਇਸ ਕੇਸ ਨੂੰ ਲੈ ਕੇ ਜਾਵਾਂਗੇ ਤਾਂ ਕਿ ਫਿਰ ਕੋਈ ਦੁਬਾਰਾ ਕਿਸੇ ਨੂੰ ਝੂਠਾ ਤੰਗ ਪਰੇਸ਼ਾਨ ਕਰਨ ਦੀ, ਝੂਠੇ ਕਿਸੇ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਈ ਜਿਹੜਾ ਕੋਸ਼ਿਸ਼ ਨਾ ਕਰੇ। ਜਿਸ ਤਰੀਕੇ ਦੇ ਨਾਲ ਤੁਸੀਂ ਮੇਰੀਆਂ, ਮੇਰੇ ਪਰਿਵਾਰ ਦੀਆਂ ਔਰ ਖਾਸ ਕਰਕੇ ਜਿਸ ਪਾਰਟੀ ਦੇ ਵਿੱਚ ਮੈਂ ਜੁੜਿਆ, ਜਿਸ ਵਿਚਾਰਧਾਰਾ ਦੇ ਨਾਲ ਜੁੜਿਆ, ਕਿਉਂਕਿ ਇਹ ਰਾਸ਼ਟਰ ਪਾਰਟੀ ਹੈ, ਰਾਸ਼ਟਰ ਹਿੱਤ ਦੇ ਲਈ ਕੰਮ ਕਰਦੀ ਹੈ ਔਰ ਇਸ ਪਾਰਟੀ ਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ, ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ। ਸੋ ਮੇਰੇ ਨਾਲ ਨਾਲ ਮੇਰੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਉੱਤੇ ਵੀ ਇਸ ਮਨ ਦਾ, ਉਹਨਾਂ ਦੇ ਮਨ 'ਤੇ ਵੀ ਬੋਝ ਹੈ ਕਿ ਸਾਡੇ ਜਿਹੜਾ ਲੀਡਰ ਦੇ ਉੱਤੇ ਇੱਦਾਂ ਦੀ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਅੱਜ ਮੈਨੂੰ ਇਸ ਗੱਲ ਦਾ ਬੜਾ ਖੇਦ ਹੈ। ਸੋ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਆਪਣੇ ਵਕੀਲ ਰਾਹੀਂ ਲੀਗਲ ਨੋਟਿਸ ਭੇਜ ਦਿੱਤਾ ਗਿਆ ਔਰ ਅਗਲੀ ਕਾਰਵਾਈ ਜਿਹੜੀ ਕੋਰਟ ਦੀ ਹੋਏਗੀ, ਜਿਸ ਤਰੀਕੇ ਨਾਲ ਜਿੱਦਾਂ ਜਿੱਦਾਂ ਕਾਰਵਾਈ ਚੱਲੇਗੀ, ਆਪ ਜੀ ਜਿੰਨੇ ਵੀ ਤੁਸੀਂ ਮੀਡੀਆ ਦੇ ਸਾਥੀ ਹੋ, ਆਪ ਜੀ ਦੇ ਧਿਆਨ ਦੇ ਵਿੱਚ ਨਾਲੋਂ ਨਾਲ ਲੈ ਕੇ ਆਉਂਦਾ ਜਾਏਗਾ ਔਰ ਇਹਦੇ ਲਈ ਪੂਰੀ ਇਨਸਾਫ਼ ਦੀ ਲੜਾਈ ਲੜੀ ਜਾਏਗੀ। ਅਖੀਰ ਤੱਕ ਇਸ ਕੇਸ ਨੂੰ ਲੈ ਕੇ ਜਾਵਾਂਗੇ ਤਾਂ ਕਿ ਫਿਰ ਕੋਈ ਦੁਬਾਰਾ ਕਿਸੇ ਨੂੰ ਝੂਠਾ ਤੰਗ ਪਰੇਸ਼ਾਨ ਕਰਨ ਦੀ, ਝੂਠੇ ਕਿਸੇ ਦੀ ਇਮੇਜ ਨੂੰ ਟਾਰਨਿਸ਼ ਕਰਨ ਦੀ ਕੋਈ ਜਿਹੜਾ ਕੋਸ਼ਿਸ਼ ਨਾ ਕਰੇ।